तेरी इन्नी हिम्मत है तो मेरी मां नु कैसर करी है बस आही दिन रखना बाकी रह गया सी ओ की हो गया क्यों ना रो पाया दीदी तुसी जीजाई नु का तो परेशान कर दियो ते तेरे बेड दे गद्दे थल्लो पता मेनू की मिलया 5000 रुपया ओदे कोल तो पैसे भी बथेरे ने ओ घर वाला दिंदा ओदा ते मेरे घर वाले ने अज तक कदे फुट्टी कौड़ी नहीं दित्ती जे दित्ता ता थप्पड़ जेड़ा मैं कदे मरदे दम तक नहीं भुल सकदी पुत्तो इधर आ मेरी गल सुन हाँ जी मम्मी जी दसो की गल है पुत्त इन्नी ठंड दे विच ना जेड़ा तू रोज रोज बिस्तरा थल्ले बिछा के पैना मेनू नहीं चंगा लगता मेनू पुछ के देख मेरे दिल नू की हुंदा की करा मम्मी मेरा उस कमरे च पैण नू जी नहीं करदा ओने मेनू दुखी होए इन्ना कीता पिया पुत्त तू आपदा ना मन ना खराब कर ओनू तां अकल ही घट जे ओनू माड़ी मोटी अकल होवे ਤਾਂ ਕਲੇਸ ਕਿਉਂ ਕਰੇ ਆਹੀ ਤਾਂ ਮੰਮੀ ਗੱਲ ਹੈ ਬਥੇਰਾ ਮੈਂ ਉਹਨੂੰ ਸਮਝਾਇਆ ਬਥੇਰਾ ਉਹਦੇ ਨਾਲ ਮੱਥਾ ਮਾਰਿਆ ਪਰ ਉਹਨੂੰ ਕਿੱਥੇ ਅਕਲ ਆਉਂਦੀ ਹੈ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਉਹ ਤਾਂ ਪਹਿਲਾਂ ਤਾਂ ਇਹ ਬਥੇਰੀ ਚੰਗੀ ਸੀ ਸਾਰਿਆਂ ਦਾ ਕਿੰਨਾ ਖਿਆਲ ਰੱਖਦੀ ਸੀ ਹੁਣ ਇਹਨੂੰ ਪਤਾ ਨਹੀਂ ਕੀ ਹੋ ਗਿਆ ਹਰੇਕ ਨਾਲ ਨਾ ਮਾੜੀ ਮਾੜੀਆਂ ਗੱਲਾਂ ਦੇ ਮੂੰਹ ਮੋਟਾ ਕਰਕੇ ਬਹਿ ਜਾਂਦੀ ਹੈ ਮੈਂ ਤਾਂ ਮੰਮੀ ਇਹਨੂੰ ਕੱਲੇ 'ਚ ਵੀ ਬਥੇਰਾ ਸਮਝਾ ਸਮਝਾ ਕੇ ਥੱਕ ਗਿਆ ਪਰ ਇਹ ਟੱਸ ਤੋਂ ਮਸੀ ਨਹੀਂ ਹੋਈ ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ ਮੈਨੂੰ ਤਾਂ ਇਹਦੀ ਗੱਲਾਂ ਤੇ ਗੁੱਸਾ ਹੀ ਬਹੁਤ ਆਉਂਦਾ ਹੈ ਪੁੱਤ ਗੁੱਸਾ ਤਾਂ ਆਉਣਾ ਹੀ ਹੈ ਜਦ ਜਨਾਨੀ ਨੇ ਘਰੇ 24 ਘੰਟੇ ਕਲੇਸ਼ ਪਾਈ ਰੱਖਣਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਇਹਨੂੰ ਨਜ਼ਰ ਕਿਹਦੀ ਲੱਗੀ ਆ ਲੱਗਣੀ ਹੈ ਇਹਨੂੰ ਨਜ਼ਰ ਇਹ ਤਾਂ ਕਲੇਸ਼ਣ ਹੈ ਕਲੇਸ਼ ਦਾ ਮਾਰੇ ਤਾਂ ਮੈਂ ਇੱਥੇ ਆ ਕੇ ਪੈਣਾ ਕਿਉਂਕਿ ਉਹਨੇ ਬੋਲਣਾ ਹਟਣਾ ਨਹੀਂ ਫਿਰ ਮੈਨੂੰ ਗੁੱਸਾ ਆ ਜਾਊਗਾ ਫਿਰ ਮੈਂ ਉਹਦੇ 2-4 ਧਰ ਦੂੰਗਾ ਗੱਲ ਤਾਂ ਠੀਕ ਆ ਇਹ ਤਾਂ ਹੈ ਹੀ ਛਿੱਤਰ ਖਾਣ ਦੇ ਲਾਇਕ ਪੁੱਤ ਤੂੰ ਐਂ ਕਰ ਇੱਥੇ ਬੈੱਡ ਤੇ ਬਹਿ ਜਾ ਥੱਲੇ ਐਵੇਂ ਤੈਨੂੰ ਠੰਡ ਲੱਗ ਜੂ ਮੈਂ ਨਾ ਉੱਧਰ ਜਾ ਕੇ ਰੋਜੀ ਕੋਲੇ ਪੈ ਜਾਂਦੀ ਹਾਂ ਨਾ ਤੂੰ ਇੱਥੇ ਬੈਠ ਕੇ ਚਰਨ ਲੱਗੀ ਪਈ ਆ ਤੈਨੂੰ ਭੋਰਾ ਸ਼ਰਮ ਹੈਗੀ ਕਿ ਨਹੀਂ ਮੈਨੂੰ ਤਾਂ ਐਂ ਸੀ ਵੀ ਹੁਣ ਤੈਨੂੰ ਭੁੱਖ ਹੀ ਨਹੀਂ ਹੋਣੀ ਕਿਉਂਕਿ ਛਿੱਤਰ ਜੋ ਖਾਧੇ ਹੋਏ ਨੇ ਨਾ ਇਹ ਮੇਰੇ ਕੰਨੀ ਕੀ ਦੇਖਦੀ ਆ ਖਾਣਾ ਮੈਨੂੰ ਬੜੀ ਢੀਠ ਆ ਬਈ ਤੂੰ ਤਾਂ ਤੇ ਚਲਾਕ ਵੀ ਬਹੁਤ ਆ ਕਿੰਨੀ ਚਲਾਕੀ ਨਾਲ ਮੇਰੇ ਮੁੰਡੇ ਨੂੰ ਕਮਰੇ 'ਚ ਬਾਹਰ ਕੱਢਤਾ ਤੇ ਆਪ ਕਮਰੇ 'ਚ ਪ੍ਰਧਾਨ ਹੋ ਗਈ ਲੈ ਬਈ ਹੁਣ ਤਾਂ ਹੋ ਗਈ ਇਹਦੀ ਘੁੱਗੀ ਠੱਪ ਹੁਣ ਨਹੀਂ ਇਹ ਕੰਨ 'ਚ ਪਈ ਰੜਕਦੀ ਹੁਣ ਤੁਸੀਂ ਦੱਸੋ ਤੁਸੀਂ ਕਦੋਂ ਆਉਣਾ ਉਹ ਜਦ ਕੰਮ ਖਤਮ ਹੋ ਜਾਊਗਾ ਆ ਜਾਊ ਉਦੋਂ ਵਾਪਸ ਕੰਮ 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 ਉਹ ਜਦੋਂ ਵੀ ਫੋਨ ਕਰੋ ਤੁਸੀਂ ਉਦੋਂ ਕੰਮ ਦੀਆਂ ਹੀ ਗੱਲਾਂ ਕਰਦੇ ਹੋ ਤੁਹਾਨੂੰ ਮੇਰੀ ਤਾਂ ਯਾਦ ਆਉਂਦੀ ਹੋਈ ਨਹੀਂ ਉਹ ਯਾਦ ਤਾਂ ਬਹੁਤ ਆਉਂਦੀ ਆ ਕੀ ਕਰਾਂ ਹੁਣ ਕੰਮ ਵੀ ਜ਼ਰੂਰੀ ਆ ਚਲੋ ਛੱਡੋ ਇਹ ਗੱਲਾਂ ਨੂੰ ਮੈਨੂੰ ਐਂ ਦੱਸੋ ਤੁਸੀਂ ਰੋਟੀ ਪਾਣੀ ਖਾ ਲਿਆ ਮੈਂ ਤਾਂ ਗੱਲਾਂ 'ਚ ਪੁੱਛਣਾ ਹੀ ਭੁੱਲ ਗਈ ਕਿਤੇ ਰੋਟੀ ਹੋਈ ਨਾ ਠੰਡੀ ਕਰ ਲਿਓ ਆਪਦੀ ਉਹ ਨਹੀਂ ਨਹੀਂ ਰੋਟੀ ਤਾਂ ਮੈਂ ਖਾ ਲਈ ਬਹੁਤ ਸਵਾਦ ਸੀ ਸਵਾਦਾਂ ਦੇ ਪੱਟੇ ਉਹ ਤਾਂ ਹੀ ਤਾਂ ਤੁਹਾਨੂੰ ਘਰ ਦੀ ਯਾਦ ਨਹੀਂ ਆਉਂਦੀ ਉਹ ਯਾਦ ਤਾਂ ਬਹੁਤ ਆਉਂਦੀ ਆ ਹੁਣ ਕੀ ਕਰਾਂ ਕੰਮ ਵੀ ਬਹੁਤ ਜ਼ਰੂਰੀ ਆ ਮੈਂ ਵਿਚਾਲੇ ਛੱਡ ਕੇ ਨਹੀਂ ਆ ਸਕਦਾ ਇਹ ਤਾਂ ਹੈ ਚੰਗਾ ਇਹ ਦੱਸੋ ਤੁਹਾਡਾ ਦਿਲ ਲੱਗਿਆ ਕਿ ਨਹੀਂ ਉਹ ਦਿਲ ਦਿਲ ਦਾ ਕੀ ਆ ਲੱਗਿਆ ਵੀ ਆ ਨਹੀਂ ਵੀ ਪਰ ਉਦੋਂ ਦਿਮਾਗ ਜਿਹਾ ਖਰਾਬ ਹੋ ਜਾਂਦਾ ਜੋ ਤੇਰੇ ਬਾਰੇ ਸੋਚ ਲੈਂਦਾ ਤੂੰ ਦੱਸ ਤੇਰਾ ਜੀ ਲੱਗ ਗਿਆ ਕਿ ਨਹੀਂ ਨਹੀਂ ਜੀ ਮੇਰਾ ਤਾਂ ਤੁਹਾਡੇ ਬਿਨਾਂ ਬਿਲਕੁਲ ਜੀ ਨਹੀਂ ਲੱਗਦਾ ਬਸ ਤੁਸੀਂ ਛੇਤੀ ਛੇਤੀ ਕੰਮ ਖਤਮ ਕਰੋ ਤੇ ਘਰ ਨੂੰ ਵਾਪਸ ਆ ਜਾਓ ਉਹ ਠੀਕ ਆ ਮੈਡਮ ਜੀ ਠੀਕ ਆ ਚੱਲ ਓਕੇ ਹੁਣ ਮੈਂ ਫੋਨ ਰੱਖਦਾ ਗੁਰਪ੍ਰੀਤ ਜੀ ਦਿਲ ਤਾਂ ਮੇਰਾ ਬਹੁਤ ਲੱਗਿਆ ਹੋਇਆ ਬਹੁਤ ਜ਼ਿਆਦਾ ਕਿਉਂਕਿ ਹੁਣ ਉਹ ਹੋ ਰਿਹਾ ਜੋ ਮੈਂ ਚਾਹੁੰਦੀ ਸੀ
ਹੋਰ ਜਨਾਬ ਕੀ ਹਾਲ ਚਾਲ ਨੇ? ਓਏ ਆਪਾਂ ਵਧੀਆ, ਆਪਾਂ ਤਾਂ ਐਸ਼ ਕਰੀਦੀ ਆ। ਉਹ ਮੇਰੇ ਹੁੰਦਿਆਂ ਤੂੰ ਕਾਸੇ ਦੀ ਟੈਨਸ਼ਨ ਨਾ ਲੈ, ਬਸ ਤੂੰ ਮੇਰੇ ਤੇ ਯਕੀਨ ਰੱਖ, ਮੈਂ ਆਪੇ ਸਾਂਭ ਲੈਣਾ ਸਾਰਾ ਕੁਛ। ਉਹ ਹਾਂ ਬਾਬਾ ਹਾਂ, ਤੂੰ ਮੈਨੂੰ ਇੱਕ ਵਾਰੀ ਮੌਕਾ ਤਾਂ ਮਿਲਣ ਦੇ, ਮੈਂ ਆਪੇ ਗੱਲ ਕਰ ਲੂੰਗਾ। ਇਹ ਰਾਜ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਹੈਗਾ? ਉਹ ਚੱਲ ਹੁਣ ਤੂੰ ਟੈਨਸ਼ਨ ਨਾ ਲਈ, ਮੈਂ ਫੇਰ ਫੋਨ ਕਰੂੰਗਾ ਜਦੋਂ ਵਿਹਲਾ ਹੋਇਆ। ਰਾਜ ਭਾਬੀ, ਭਾਬੀ ਤੁਸੀਂ ਗੁੱਸਾ ਤਾਂ ਮੈਨੂੰ ਹੋਣਾ ਚਾਹੀਦਾ ਪਰ ਆਪ ਹੋਏ ਬੈਠੇ ਨੇ, ਜਾ ਕੇ ਮਨਾਵਾਂ? ਨਹੀਂ ਨਹੀਂ, ਮੈਂ ਕਿਉਂ ਮਨਾਵਾਂ? ਉਹ ਇਹਨਾਂ ਨੂੰ ਵੀ ਤਾਂ ਆਪਦੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ, ਆਪੇ ਆਉਣਗੇ ਮਨਾਉਣ ਵਾਸਤੇ। ਮੈਡਮ ਤੇ ਕਮਰੇ ਦੀ ਲਾਈਟ ਜਗਦੀ ਆ, ਦੇਖਾਂ ਤਾਂ ਸਹੀ ਉਹਦੇ ਕੀ ਹਾਲ ਨੇ। ਕਿੰਨੇ ਦਿਨ ਹੋ ਗਏ ਇਹਨਾਂ ਨੂੰ ਮੰਮੀ ਦੇ ਕਮਰੇ 'ਚ ਸੌਂਦਿਆਂ ਨੂੰ, ਇਹਨਾਂ ਨੂੰ ਤਾਂ ਪੂਰਾ ਖਿਆਲ ਨਹੀਂ ਮੇਰਾ। ਰੱਬਾ ਆ ਦਿਨ ਵੀ ਦਿਖਾਉਣੇ ਸੀ ਤੇ ਮੈਨੂੰ, ਜੋ ਤੂੰ ਸਾਰਾ ਕੁਛ ਹੀ ਬਦਲਤਾ। ਹਜੇ ਕੀ ਬਦਲਿਆ, ਹਜੇ ਤਾਂ ਹੋਰ ਬਹੁਤ ਕੁਛ ਬਦਲੂਗਾ। ਉਹ ਦੇਖ ਤਾਂ ਸਹੀ ਕਿਵੇਂ ਮਹਾਰਾਣੀ ਦੀਆਂ ਰਾਤਾਂ ਦੀਆਂ ਨੀਂਦਾਂ ਹੀ ਉੜੀਆਂ ਪਈਆਂ ਨੇ। ਇਹ ਸਾਰਾ ਕੁਛ ਨਾ ਸਿਰਫ ਰੋਜੀ ਕਾਰਨ ਹੋਇਆ, ਕਿਉਂਕਿ ਉਹ ਘਰ 'ਚ ਆਪਣਾ ਹੁਕਮ ਚਲਾਉਣਾ ਚਾਹੁੰਦੀ ਆ ਤੇ ਮੈਨੂੰ ਸਾਰਿਆਂ ਦੇ ਅੱਗੇ ਨੀਚਾ ਦਿਖਾਉਣਾ ਚਾਹੁੰਦੀ ਆ। ਉਹ ਹੁਕਮ ਉਹਦਾ ਨਹੀਂ, ਹੁਕਮ ਤਾਂ ਮੇਰਾ ਹੀ ਚੱਲੂ, ਕਿਉਂਕਿ ਰੋਜੀ ਤਾਂ ਇਸ ਖੇਡ 'ਚ ਮੇਰੇ ਲਈ ਇੱਕ ਛੋਟਾ ਜਿਹਾ ਮੋਹਰਾ। ਪਹਿਲਾਂ ਇਹਨਾਂ ਦਾ ਮੈਨੂੰ ਕਿੰਨਾ ਸਹਾਰਾ ਹੁੰਦਾ ਸੀ, ਮੇਰੇ ਹਰ ਇੱਕ ਫੈਸਲੇ 'ਚ ਮੇਰਾ ਪੂਰਾ ਸਾਥ ਦਿੰਦੇ ਸੀ, ਪਰ ਹੁਣ ਤਾਂ ਇਹ ਮੇਰੇ ਉਲਟ ਹੋਏ ਪਏ ਨੇ ਤੇ ਮੰਮੀ ਹੁਣੀਆਂ ਦਾ ਹੀ ਸਾਥ ਦਿੰਦੇ ਨੇ, ਮੰਮੀ ਦੀ ਗੱਲ ਮੰਨਦੇ ਨੇ। ਹੁਣ ਮੈਂ ਆਪਣਾ ਦੁੱਖੜਾ ਕਿਹਦੇ ਕੋਲ ਸੁਣਾਵਾਂ? ਮੇਰੀ ਕਿਸੇ ਨੇ ਨਹੀਂ ਸੁਣਨੀ, ਮੈਂ ਬਿਲਕੁਲ ਇਕੱਲੀ ਰਹਿ ਗਈ। ਉਹ ਹਜੇ ਤੂੰ ਕਿੱਥੇ ਇਕੱਲੀ ਹੋਈ ਆ? ਇਕੱਲੀ ਤਾਂ ਤੂੰ ਉਦਣ ਹੋਵੇਂਗੀ ਜਿੱਦਣ ਤੈਨੂੰ ਨਾ ਕੁੱਟ ਕੇ ਮੇਰਾ ਪੁੱਤ ਘਰੋਂ ਬਾਹਰ ਕੱਢੂਗਾ, ਤੇ ਜਦੋਂ ਤੂੰ ਘਰੋਂ ਨਿਕਲਗੀ ਨਾ ਫਿਰ ਤਾਂ ਰੋਜੀ ਰਹਿ ਜੂ ਇਕੱਲੀ, ਰੋਜੀ ਤੇ ਤਾਂ ਰਾਜ ਮੈਂ ਹੀ ਕਰੂੰਗੀ ਨਾ। ਉਹ ਜਦ ਮੈਂ ਤੇਰੇ ਅਰਜੀ ਦੇ ਪੈਰ ਨਹੀਂ ਲੱਗਣ ਦਿੱਤੇ, ਉਹਦੇ ਕੀ ਮੈਂ ਲੱਗਣ ਦਊਂਗੀ? ਕਦੋਂ ਦੀ ਮੰਮੀ ਪਾਣੀ ਪੀਣ ਗਈ ਆ, ਹਜੇ ਤੱਕ ਨਹੀਂ ਆਈ ਹੈਗੀ, ਦੇਖਾਂ ਤਾਂ ਸਹੀ ਕੀ ਕਰਦੀ ਆ। ਮੰਮੀ ਤੁਸੀਂ ਇੱਥੇ ਖੜੇ ਕੀ ਕਰਦੇ ਹੋ? ਹੱਥ ਛੱਡ ਮੇਰਾ, ਤੂੰ ਤਾਂ ਮੈਨੂੰ ਡਰਾ ਹੀ ਦਿੱਤਾ। ਮੰਮੀ ਹੌਲੀ ਬੋਲੋ ਹੌਲੀ, ਤੁਸੀਂ ਭਾਬੀ ਦੇ ਕਮਰੇ ਮੂਹਰੇ ਖੜੇ ਕੀ ਕਰਦੇ ਸੀ? ਨਾਲੇ ਜੇ ਬੀਰਾ ਬਾਹਰ ਉੱਠ ਕੇ ਆ ਜਾਂਦਾ ਫੇਰ? ਉਹ ਮੈਂ ਤਾਂ ਨਾ ਮੈਡਮ ਦੇ ਹਾਲ ਦੇਖਣ ਖੜੀ ਸੀ ਕਮਰੇ ਦੇ ਬਾਹਰ। ਕਿਉਂ, ਹੁਣ ਨੂੰਹ ਲਈ ਤੁਹਾਡਾ ਪਿਆਰ ਜਾਗ ਪਿਆ? ਪਿਆਰ ਉਹ ਵੀ ਉਹਦੇ ਲਈ? ਨਹੀਂ ਤੂੰ ਛੱਡ ਪਰਾਂ, ਮੈਂ ਤਾਂ ਚਸਕੇ ਲੈਣ ਲਈ ਖੜੀ ਸੀ ਉੱਥੇ। ਪਰ ਤੂੰ ਤਾਂ ਨਾ ਮੇਰਾ ਸਾਰਾ ਹੀ ਸਵਾਦ ਖਰਾਬ ਕਰਤਾ। ਕਿੰਨਾ ਇਮੋਸ਼ਨਲ ਸੀਨ ਚੱਲ ਰਿਹਾ ਸੀ, ਉਹ ਤਾਂ ਵਾਰੀ ਵਾਰੀ ਕਹੀ ਜਾਂਦੀ ਸੀ, ਮੈਂ ਤਾਂ ਇਕੱਲੀ ਰਹਿ ਗਈ, ਮੈਂ ਤਾਂ ਇਕੱਲੀ ਰਹਿ ਗਈ। ਅੱਛਾ ਮੰਮੀ, ਨਹੀਂ ਹੋਰ ਕੀ।